ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਸਲਾਮ ਅਦਾਬ ਸਾਰੀ ਦੁਨੀਆ ਭਰ ਵਾਸਤੇ ਪੰਜਾਬੀਆਂ ਨੂੰ ਕੇਵਲ ਸਿੰਘ ਜਗਪਾਲ ਵੱਲੋਂ। ਮੈਂ ਅੱਜ ਤੁਹਾਡੇ ਨਾਲ ਫਿਰ ਜੁੜ ਰਿਹਾ ਹਾਂ ਪੰਜਾਬੀ ਵਿਰਸਾ ਚੈਨਲ 'ਤੇ। ਤਾਂ ਮੇਰਾ ਨਾਮ ਕੇਵਲ ਸਿੰਘ ਜਗਪਾਲ ਹੈ। ਤਾਂ ਅੱਜ ਇਹ ਪ੍ਰੋਗਰਾਮ ਅਸੀਂ ਇਹ ਕਰ ਰਹੇ ਹਾਂ ਜੀ, ਜਿਉਂਦੇ ਜੀ ਗੰਗਾ ਫੁੱਲ ਨਾਵਲ ਹੈ ਜੀ, ਲਿਖਿਆ ਜਿਹਨੇ ਆਪਣੇ ਗੁਰਮੇਲ ਸਿੰਘ ਘੁਮਾਣ ਜੀ ਨੇ ਲਿਖਿਆ ਜੀ। ਤਾਂ ਇਹਦੇ ਬਾਰੇ ਜਿਹੜੇ ਵਿਚਾਰ ਸੀ, ਅੱਗੇ ਦੋ ਪ੍ਰੋਗਰਾਮ ਕਰ ਚੁੱਕੇ ਹਾਂ, ਇਹ ਅਖੀਰਲਾ ਪ੍ਰੋਗਰਾਮ ਹੈ। ਤਾਂ ਤੁਹਾਨੂੰ ਜੇ ਇਹ ਪ੍ਰੋਗਰਾਮ ਪਸੰਦ ਆਵੇ ਲਾਈਕ ਕਰਨਾ, ਸ਼ੇਅਰ ਕਰਨਾ, ਤਾਂ ਪੰਜਾਬੀ ਵਿਰਸੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ। ਹਾਂਜੀ, ਤਾਂ ਮੈਂ ਥੋੜ੍ਹੇ ਜਿਹੇ ਪੜ੍ਹ ਕੇ ਤੁਹਾਨੂੰ ਦੱਸਦੇ ਹਾਂ ਜੀ। ਇਹ ਜੀ ਭਾਗ ਤੀਜਾ ਜੀ ਇਸ ਆਪਣੇ ਜਿਉਂਦੇ ਜੀ ਗੰਗਾ ਫੁੱਲ ਨਾਵਲ ਦੇ। ਹਾਂਜੀ, ਤਾਂ ਅਸੀਂ ਇਸ ਪੰਜਾਬੀ ਵਿਰਸੇ ਚੈਨਲ ਦੁਆਰਾ ਗੁਰਮੇਲ ਸਿੰਘ ਘੁਮਾਣ ਜੀ ਦੇ ਪੰਜਾਬੀ ਨਾਵਲ ਜਿਉਂਦੇ ਜੀ ਗੰਗਾ ਫੁੱਲ ਬਾਰੇ ਤੀਸਰਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਮੇਲ ਸਿੰਘ ਘੁਮਾਣ ਜੀ ਦਾ ਨਾਵਲ ਅੱਜ ਕੱਲ੍ਹ ਦੁਨੀਆ ਦੇ ਵੱਡੇ ਵੱਡੇ ਅਖਬਾਰਾਂ ਵਿੱਚ ਛਪ ਰਿਹਾ, ਅਜੀਤ ਵੀਕਲੀ ਕੈਨੇਡਾ 'ਚ ਵੀ। ਤਾਂ ਪਾਠਕ ਪੜ੍ਹ ਕੇ ਆਨੰਦ ਮਾਣ ਰਹੇ ਨੇ। ਅੱਜ ਇਹ ਇਸ ਪ੍ਰੋਗਰਾਮ ਪੰਜਾਬੀ ਵਿਦਵਾਨ ਸਾਹਿਤਕਾਰ ਸਰਦਾਰ ਜਸਵਿੰਦਰ ਸਿੰਘ ਰੁਪਾਲ ਜੀ ਨੇ ਮਿਹਰਬਾਨੀ ਕਰਨੀ ਸੀ, ਉਹ ਕਿਸੇ ਵਜ੍ਹਾ ਕਰਕੇ ਨਹੀਂ ਸਾਡੇ ਨਾਲ ਜੁਆਇਨ ਕਰ ਸਕੇ, ਪਰ ਇਸੇ ਕਿਸੇ ਖਾਸ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ, ਜਿਸ ਲਈ ਅਸੀਂ ਮਾਫ਼ੀ ਮੰਗਦੇ ਹਾਂ ਜੀ। ਤਾਂ ਬਾਕੀ ਅੱਜ ਇਸ ਪ੍ਰੋਗਰਾਮ ਵਿੱਚ ਪੰਜਾਬੀ ਦੀ ਉੱਘੀ ਸਾਹਿਤਕਾਰ ਬੀਬੀ ਆਪਣੀ ਸ਼੍ਰੀਮਤੀ ਰਜਨੀਸ਼ ਕੌਰ ਬਬਲੀ ਜੀ ਬਰਨਾਲਾ ਤੋਂ ਆਪਣੇ ਵੀਡੀਓ ਰਾਹੀਂ ਆਪਣੀ ਇਸ ਨਾਵਲ ਦੀ ਪੜਚੋਲ ਕਰਨਗੇ ਜੀ। ਹਾਂਜੀ, ਤਾਂ ਸ਼੍ਰੀਮਤੀ ਰਜਨੀਸ਼ ਕੌਰ ਬਬਲੀ ਜੀ ਬਰਨਾਲਾ ਦੇ ਨਾਵਲ ਦੇ ਹਰ ਪੱਖ ਤੋਂ ਬਹੁਤ ਬਰੀਕੀ ਨਾਲ ਆਪਣੀ ਕਲਮਾਈ ਸ਼ਬਦਾਂ ਰਾਹੀਂ ਘੋਖਿਆ ਅਤੇ ਨਾਵਲ ਨੂੰ ਸੋਹਣੇ ਢੰਗ ਨਾਲ ਬਿਆਨ ਕਰਕੇ ਸਤਿਕਾਰ ਦਿੱਤਾ ਹੈ। ਉਮੀਦ ਹੈ ਕਿ ਸਾਰੇ ਸਰੋਤੇ ਇਸ ਨਾਵਲ ਦੀ ਇਸ ਪੜਚੋਲ ਨੂੰ ਸੁਣ ਕੇ ਨਾਵਲ ਜਦੋਂ ਜੀ ਨਾਵਲ ਦਾ ਨਾਂ ਜੀ ਜਿਉਂਦੇ ਜੀ ਗੰਗਾ ਫੁੱਲ ਦਾ ਆਨੰਦ ਮਾਣ ਸਕਣਗੇ। ਤਾਂ ਆਓ ਜੀ ਸ਼ੁਰੂ ਕਰਦੇ ਹਾਂ ਜੀ, ਪਹਿਲਾਂ ਆਪਣੇ ਗੁਰਮੇਲ ਸਿੰਘ ਘੁਮਾਣ ਜੀ ਤੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਪੰਜਾਬੀ ਵਿਰਸਾ ਚੈਨਲ ਦੇ ਕਰਤਾ ਧਰਤਾ ਸਵਾਰ ਕੇਵਲ ਸਿੰਘ ਜਗਪਾਲ ਜੀ, ਪੰਜਾਬੀ ਸਾਹਿਤ ਦੇ ਵਿਦਵਾਨ ਸਰਦਾਰ ਜਸਵਿੰਦਰ ਸਿੰਘ ਰੁਪਾਲ ਜੀ ਅਤੇ ਪੰਜਾਬੀ ਸਾਹਿਤ ਦੀ ਵਿਦਵਾਨ ਬੀਬੀ ਸ਼੍ਰੀਮਤੀ ਰਜਨੀਸ਼ ਕੌਰ ਬਰਨਾਲਾ ਜੀ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪੰਜਾਬੀ ਵਿਰਸਾ ਚੈਨਲ ਦੇ ਇਸ ਵੇਲੇ ਸਾਰੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਗਪਾਲ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਇਸ ਨਾਵਲ ਜਿਉਂਦੇ ਜੀ ਗੰਗਾ ਫੁੱਲ ਨੂੰ ਆਪਣੇ ਪੰਜਾਬੀ ਵਿਰਸਾ ਚੈਨਲ ਰਾਹੀਂ ਸਤਿਕਾਰ ਦੇ ਕੇ ਸਰੋਤਿਆਂ ਦੇ ਰੂਬਰੂ ਕੀਤਾ ਅਤੇ ਮੇਰੇ ਨਾਵਲ ਜਿਉਂਦੇ ਜੀ ਗੰਗਾ ਫੁੱਲ ਨੂੰ ਪੰਜਾਬੀ ਪਾਠਕ ਕਚਹਿਰੀ ਵਿੱਚ ਪੇਸ਼ ਕਰਕੇ ਮੇਰੀ ਜਾਣ ਪਹਿਚਾਣ ਬਣਾਈ। ਇਸ ਤੋਂ ਸੇਵਾ ਕਰ ਉੱਥੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ ਵਧਾਈ ਦੇ ਹੱਕਦਾਰ ਹੋ। ਇਸ ਕਿਤਾਬ
ਜਿਉਂਦੇ ਜੀ ਗੰਗਾ ਫੁੱਲ ਨੂੰ ਦਿੱਤੇ ਪਹਿਲ ਸਦਕਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਇਸ ਨਾਵਲ ਬਾਰੇ ਆਪਣੇ ਵਿਚਾਰ ਬੋਲਣ ਤੋਂ ਮਾਫ਼ੀ ਚਾਹੁੰਦਾ ਹਾਂ, ਕਿਉਂਕਿ ਲੇਖਕ ਵੱਲੋਂ ਲਿਖੀ ਕਿਤਾਬ ਹੀ ਉਸਦੇ ਵਿਚਾਰ ਹੁੰਦੇ ਹਨ। ਦੂਸਰਾ, ਮੈਂ ਪੰਜਾਬੀ ਸਾਹਿਤ ਦੇ ਵਿਦਵਾਨ ਸਰਦਾਰ ਪਾਲ ਸਾਹਿਬ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਮੇਂ ਸਿਰ ਚੈਨਲ 'ਤੇ ਹਾਜ਼ਰ ਹੋ ਕੇ ਮੇਰੇ ਇਸ ਨਾਵਲ ਜਿਉਂਦੇ ਜੀ ਗੰਗਾ ਫੁੱਲ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਹਨ। ਇਸ ਤੋਂ ਅੱਗੇ ਮੈਂ ਪੰਜਾਬੀ ਸਾਹਿਤਕਾਰ ਦੀ ਬੀਬੀ ਰਨੀਸ਼ ਕੌਰ ਬਰਨਾਲਾ ਜੀ ਦਾ ਬਹੁਤ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਬਹੁਤ ਮਿਹਨਤ ਕਰਕੇ ਮੇਰੇ ਨਾਵਲ ਜਿਉਂਦੇ ਜੀ ਗੰਗਾ ਫੁੱਲ ਦੀ ਵੀਡੀਓ ਰਾਹੀਂ ਪੜਚੋਲ ਕਰਕੇ ਆਪਣੇ ਬਹੁਤ ਹੀ ਸੁੰਦਰ ਸਾਹਿਤਕ ਸ਼ਬਦਾਂ ਰਾਹੀਂ ਖੂਬਸੂਰਤ ਪੇਸ਼ਕਾਰੀ ਪੇਸ਼ ਕੀਤੀ ਹੈ। ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਤੋਰਿਆ ਜਾਵੇ। ਬਹੁਤ ਬਹੁਤ ਧੰਨਵਾਦ। ਹਾਂਜੀ, ਤੁਸੀਂ ਗੁਰਮੇਲ ਸਿੰਘ ਘੁਮਾਣ ਜੀ ਦੇ ਵੱਲੋਂ ਕੁਛ ਲਫ਼ ਸੁਣੇ ਨੇ, ਤਾਂ ਉਹਨਾਂ ਨੇ ਕਾਫ਼ੀ ਦੱਸਿਆ ਕਿ ਆਪਣੇ ਰਜਨੀਸ਼ ਕੌਰ ਬਬਲੀ ਜੀ ਦੇ ਪੜਚੋਲ ਬਹੁਤ ਹੀ ਉਹਨਾਂ ਨੂੰ ਪਸੰਦ ਆਈ ਹੈ। ਤਾਂ ਬਾਕੀ ਅਸੀਂ ਮਾਫ਼ੀ ਮੰਗਦੇ ਹਾਂ ਕਿ ਜਿਹੜੇ ਸਾਡੇ ਮੇਜ਼ਬਾਨ ਸਰਦਾਰ ਜਸਵਿੰਦਰ ਸਿੰਘ ਰੁਪਾਲ ਜੀ ਕਿਸੇ ਕਾਰਨ ਕਰਕੇ ਨਹੀਂ ਸਾਨੂੰ ਜੁੜ ਸਕੇ, ਤਾਂ ਅਸੀਂ ਆਪਣਾ ਪ੍ਰੋਗਰਾਮ ਇਹ ਜਾਰੀ ਰੱਖਦੇ ਹਾਂ ਜੀ। ਹੁਣ ਆਪਾਂ ਰਜਨੀਸ਼ ਕੌਰ ਬਬਲੀ ਜੀ ਦੀ ਦੇ ਜਿਹੜੇ ਵੀਡੀਓ ਪਾਏ ਸਨ ਉਹ ਤੁਹਾਨੂੰ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਜੀ। ਜਿਉਂਦੇ ਜੀ ਗੰਗਾ ਫੁੱਲ, ਲੇਖਕ ਗੁਰਮੇਲ ਸਿੰਘ ਘੁਮਾਣ, ਤਾਲੀਫ ਪ੍ਰਕਾਸ਼ਨ ਬਰਨਾਲਾ, ਕੀਮਤ 250 ਰੁਪਏ। ਜਿਉਂਦੇ ਜੀ ਗੰਗਾ ਫੁੱਲ ਨਾਵਲ ਆਪਣੇ ਪੋਤਾ ਰੂਪਵੀਰ ਸਿੰਘ ਘੁਮਾਣ ਅਤੇ ਪੋਤਰੀ ਦਿਲਰਾਜ ਕੌਰ ਘੁਮਾਣ ਨੂੰ ਸਮਰਪਿਤ ਕਰਕੇ ਲਿਖਿਆ ਗੁਰਮੇਲ ਸਿੰਘ ਘੁਮਾਣ ਜੀ ਦਾ ਪਲੇਠਾ ਨਾਵਲ ਹੈ। ਨਾਵਲਕਾਰ ਨੇ ਇਸ ਨਾਵਲ ਦੀ ਪੇਸ਼ਕਾਰੀ ਬਹੁਤ ਵਧੀਆ ਢੰਗ ਨਾਲ ਕੀਤੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਧਾਰਨ ਭਾਸ਼ਾ ਵਿੱਚ ਆਤਮ ਹੱਤਿਆ ਜਿਹੇ ਘਿਨੌਣੇ ਕਰਮ ਨੂੰ ਵੀ ਜਿਉਂਦੇ ਜੀ ਗੰਗਾ ਫੁੱਲ ਕਹਿ ਕੇ ਇਸ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ, ਜਿਸ ਨਾਲ ਗੁਲਾਬੋ ਵਰਗੀ ਔਰਤ ਜੋ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਕੀ ਕੁਕਰਮ ਕਰਨ ਦੇ ਬਾਵਜੂਦ ਵੀ ਅੰਤ ਵੇਲੇ ਪਵਿੱਤਰ ਹੋਣ ਦਾ ਭੁਲੇਖਾ ਸਿਰਜਣ ਵਿੱਚ ਕਾਮਯਾਬ ਹੋ ਜਾਂਦੀ ਹੈ। ਨਾਵਲਕਾਰ ਨੇ ਜਿੱਥੇ ਸਮਾਜ ਵਿਚਲੀਆਂ ਕੌੜੀਆਂ ਸੱਚਾਈਆਂ ਪੇਸ਼ ਕੀਤੀਆਂ ਹਨ, ਉੱਥੇ ਨਾਲ ਨਾਲ ਹੀ ਪੇਂਡੂ ਰਹਿਤਲ ਰਸਮ ਰਿਵਾਜ, ਤਿਉਹਾਰਾਂ, ਵਰਤ ਵਿਵਹਾਰ, ਕੰਮ ਧੰਦੇ, ਗਿਲੇ ਸ਼ਿਕਵੇ, ਭਾਈਚਾਰਕ ਸਾਂਝ, ਊਚ ਨੀਚ ਦੀ ਵਿਤਕਰੇਬਾਜ਼ੀ, ਔਰਤ ਦੇ ਸਹੱਪਣ ਦਾ ਉਸ ਲਈ ਹੀ ਸ਼ਰਾਪ ਬਣ ਜਾਣਾ ਅਤੇ ਬਾਅਦ ਵਿੱਚ ਪਛਤਾਵੇ ਕਾਰਨ ਆਪਣੇ ਆਪ ਨੂੰ ਗੰਗਾ ਵਿੱਚ ਜਾ ਕੇ ਸਮਰਪਿਤ ਹੋ ਜਾਣਾ ਆਦਿ ਨੂੰ ਬਾਖੂਬੀ ਨਿਭਾਇਆ ਹੈ। ਗੁਲਾਬੋ ਜੋ ਕਿ ਨਾਵਲ ਦੀ ਮੁੱਖ ਪਾਤਰ ਹੈ, ਇਸ ਵਿੱਚ ਉਸਦੀ ਜ਼ਿੰਦਗੀ ਦਾ ਲੇਖਾ ਜੋਖਾ ਕਰਦਿਆਂ ਪਤਾ ਚੱਲਦਾ ਹੈ ਕਿ ਔਰਤ ਇੱਕ ਅਜਿਹਾ ਸ਼ੀਸ਼ਾ ਹੈ ਜਿਸ ਵਿੱਚ ਜੇ ਇੱਕ ਵਾਰੀ ਤਰੇੜ ਪੈ ਜਾਵੇ ਤਾਂ ਫਿਰ ਉਸ ਵਿੱਚ ਜਿੱਥੇ ਦੂਜੇ ਦਾ ਅਕਸ਼ ਦਿਖਾਉਣ ਦੀ ਸ਼ਕਤੀ ਖੰਡਿਤ ਹੋ ਜਾਂਦੀ ਹੈ, ਉੱਥੇ ਉਸਦੀ ਆਪਣੀ ਹੋਂਦ ਵੀ ਖਤਮ ਹੀ ਹੋ ਜਾਂਦੀ ਹੈ। ਔਰਤ ਮਾਂ ਦਾ ਇੱਕ ਪਵਿੱਤਰ ਰੂਪ ਹੈ ਗੁਲਾਬੋ, ਜੋ ਕਿ ਹਰੀਜਨ ਸਮਾਜ ਵਿੱਚ ਜੰਮ ਪਲ ਕੇ ਵੱਡੀ ਹੋਈ ਹੈ ਅਤੇ ਚੈਲੇ ਵਰਗੇ ਸਧਾਰਨ ਪੁਰਸ਼ ਦੀ ਪਤਨੀ ਬਣ ਕੇ ਆਉਂਦੀ ਹੈ। ਉਹ ਹੱਦ ਦਰਜੇ ਦੀ ਸੋਹਣੀ ਹੋਣ ਦੇ ਬਾਵਜੂਦ ਵੀ ਸਿਰਜਕ ਨਹੀਂ ਬਣ ਸਕੀ।
ਇਸ ਦਾ ਇੱਕ ਹੀ ਕਾਰਨ ਸੀ ਕਿ ਕੁਆਰੀ ਹੋਣ ਦੇ ਬਾਵਜੂਦ ਵੀ ਉਹ ਗਰਭਵਤੀ ਹੋਣ ਪਿੱਛੋਂ ਜਦੋਂ ਗਰਭਪਾਤ ਕਰਵਾ ਲੈਂਦੀ ਹੈ ਤਾਂ ਪਿੱਛੋਂ ਉਹ ਸਾਰੀ ਉਮਰ ਇਸੇ ਗੱਲ ਦਾ ਸੰਤਾਪ ਭੋਗਦੀ ਭੋਗਦੀ ਪਤਾ ਨਹੀਂ ਕਿੰਨੇ ਕੁ ਜਾਇਜ਼ ਨਾਜਾਇਜ਼ ਸੰਬੰਧ ਬਣਾਉਂਦੀ ਇੱਕ ਦਿਨ ਨਿਰਾਸ਼ ਹੋ ਜਾਂਦੀ ਹੈ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਨੂੰ ਗੰਗਾ ਪ੍ਰਵਾਹ ਕੌਣ ਕਰੇਗਾ। ਇਹ ਸੋਚ ਕੇ ਉਹ ਜਿਉਂਦੇ ਜੀ ਹੀ ਆਪਣੇ ਫੁੱਲ ਗੰਗਾ ਨੂੰ ਅਰਪਿਤ ਕਰਨ ਲਈ ਚਲੀ ਜਾਂਦੀ ਹੈ। ਜਾਣ ਤੋਂ ਪਹਿਲਾਂ ਉਹ ਸਟੇਸ਼ਨ ਮਾਸਟਰ ਨੂੰ ਆਪਣੀ ਸਾਰੀ ਰਾਮ ਕਹਾਣੀ ਸੁਣਾਉਂਦੀ ਹੈ ਅਤੇ ਉਹ ਸੋਚਦਾ ਹੈ ਕਿ ਇਸ ਦੇ ਜੀਵਨ ਦੁਨੀਆ ਦੇ ਗੰਧਲੇ ਸਮਾਜ ਦੀ ਇੱਕ ਤਸਵੀਰ ਦੇ ਰੂਪ ਵਿੱਚ। ਨਾਵਲ ਵਿੱਚ ਪਾਤਰ ਉਸਾਰੀ ਵੀ ਪੇਂਡੂ ਰਹਿਣ ਸਹਿਣ ਅਤੇ ਵਾਤਾਵਰਣ ਮੁਤਾਬਕ ਬਿਲਕੁਲ ਢੁੱਕਵੀਂ ਹੈ, ਜਿੱਥੇ ਜੈਲੇ ਵਰਗੇ ਸਧਾਰਨ ਬੁੱਧੀ ਦੇ ਮਾਲਕ ਨੂੰ ਨੰਬਰਦਾਰ ਜਾਂ ਉਸਦੇ ਨਾਲ ਰਹਿਣ ਵਾਲੇ ਹੋਰ ਯਾਰ ਬੇਲੀ ਧੋਖਾ ਦਿੰਦੇ ਹਨ, ਉੱਥੇ ਉਸਦੀ ਆਪਣੀ ਪਤਨੀ ਵੀ ਵਫਾ ਨਹੀਂ ਨਿਭਾਉਂਦੀ ਅਤੇ ਲਾਲਚ ਵਿੱਚ ਆ ਕੇ ਉਸਨੂੰ ਛੱਡ ਜੁੱਪੇ ਫੌਜੀ ਦੇ ਘਰ ਜਾ ਬੈਠਦੀ ਹੈ। ਤਾਂ ਹੀ ਉਹ ਕਹਿੰਦੀ ਹੈ ਕਿ ਔਰਤ ਦੀ ਕੋਈ ਜਾਤ ਨਹੀਂ ਵੇਖਦਾ। ਜਿੱਥੇ ਉਹ ਪਹਿਲਾਂ ਹਰੀਜਨ ਔਰਤ ਸੀ, ਫਿਰ ਅਖੀਰ ਜੱਟ ਦੇ ਘਰ ਜਾ ਕੇ ਵਸੀ ਅਤੇ ਜੱਟੀ ਕਹਾਉਣ ਲੱਗੀ, ਪਰ ਬਿਰਾਦਰੀ ਵਾਲੇ ਉਸ ਨੂੰ ਜੱਟੀ ਕਬੂਲ ਨਹੀਂ ਕਰਨਾ ਚਾਹੁੰਦੇ। ਉੱਧਰ ਸਮਾਜ ਵਿਚਲੇ ਦਾਨੇ ਵੀਨੇ ਲੋਕ ਹਰੀਜਨਾਂ ਦੇ ਘਰ ਰੋਟੀ ਖਾਣ ਨੂੰ ਤਾਂ ਚੰਗਾ ਨਹੀਂ ਸਮਝਦੇ, ਪਰ ਉਸ ਦੇ ਘਰ ਸ਼ਰਾਬ ਅਤੇ ਸ਼ਵਾਬ ਦੇ ਸ਼ੌਕੀਨ ਹਨ। ਜੈਲੇ ਦਾ ਬਾਪ ਨੱਥੂ, ਉਸਦੀ ਮਾਂ ਬਚਨੀ, ਨਾਇਬ ਨੰਬਰਦਾਰ ਕਿਸ਼ੋਰੀ ਵਾਣੀਆਂ, ਜੁੱਪਾ ਫੌਜੀ ਅਤਰ ਸਿੰਘ, ਡੇਰੇ ਦਾ ਸੰਤ ਪੁਰੀ ਦਾਸ, ਜੀਤਾ, ਕੀਚਰ, ਬੰਤਾ, ਜਾਗਰ, ਭੂਰਾ, ਮੱਗਰ ਸਿੰਘ, ਫੱਗਣ ਸਿੰਘ ਅਤੇ ਪਿੰਡ ਵਾਲਿਆਂ ਦੇ ਚਰਿੱਤਰ ਚਿੱਤਰਣ ਅਤੇ ਭਾਸ਼ਾ ਬਹੁਤ ਵਧੀਆ ਨਿਵੀ ਹੈ। ਵਾਤਾਵਰਨ ਅਤੇ ਭਾਸ਼ਾ ਵੀ ਉਸ ਸਮੇਂ ਦੇ ਮੁਤਾਬਕ ਢੁੱਕਦੀ ਹੈ। ਬਹੁਤ ਸਾਰੀਆਂ ਅਜਿਹੀਆਂ ਰੋਰੀਤਾਂ ਹਨ ਜੋ ਅੱਜ ਕੱਲ੍ਹ ਦਿਖਾਈ ਨਹੀਂ ਦਿੰਦੀਆਂ, ਜਿਵੇਂ ਦੀਵਾਲੀ ਵੇਲੇ ਮਸ਼ਾਲੀਆਂ ਵਾਲੀ ਗੱਲ, ਬਰੋਟੇ ਥੱਲੇ ਖੂਹ ਤੋਂ ਪਾਣੀ ਭਰਨਾ ਜਾਂ ਜੰਝ ਬੰਨਣਾ, ਚਾਂਗ, ਸੱਬਰਕੱਤਾ, ਪਰੀਹੇ, ਸੌਰਾ ਆਦਿ ਸ਼ਬਦ ਵੀ ਹੁਣ ਘੱਟ ਹੀ ਸੁਣਨ ਨੂੰ ਮਿਲਦੇ ਹਨ। ਸੰਤਾ, ਗੰਗੂ, ਉੱਥੇ ਕਿਸ਼ੋਰੀ ਬਾਣੀਆਂ ਆਪਣੀ ਜਾਤੀ ਦੀ ਤਰਜਮਾਨੀ ਕਰਦਾ ਹੈ, ਉੱਥੇ ਡੇਰੇ ਦੇ ਸਾਧੂ ਸੰਤਾਂ ਦੇ ਜੀਵਨ ਅਤੇ ਸ਼ੈਲੀ ਬਾਰੇ ਬਾਖੂਬੀ ਵਰਣਨ ਮਿਲਦਾ ਹੈ। ਸੰਤਾ, ਸੁੰਦਰ, ਗੰਗੂ, ਝੰਡੇ ਅਤੇ ਪੁਲਿਸ ਦੇ ਕਾਰਨਾਮਿਆਂ ਬਾਰੇ ਵੀ ਦਿਲਚਸਪ ਕਿੱਸੇ ਹਨ। ਇੱਕ ਗਰੀਬ ਮਜ਼ਲੂਮ ਦੀਆਂ ਮਜਬੂਰੀਆਂ ਦੇ ਨਾਲ ਨਾਲ ਇੱਕ ਗਰੀਬ ਸਧਾਰਨ ਬੰਦੇ ਦੀ ਤ੍ਰੀਮਤ, ਜੋ ਕਿ ਬਾਂਝ ਸੀ ਅਤੇ ਹਰ ਤਰੀਕੇ ਨਾਲ ਭੁੱਖ ਹਰੀ ਕਰਨੀ ਚਾਹੁੰਦੀ ਸੀ, ਦਾ ਦੂਜਿਆਂ ਵੱਲੋਂ ਇਸਤੇਮਾਲ ਕੀਤੇ ਜਾਣ ਦੀ ਤਫਸੀਲ ਸਹਿਤ ਵਰਣਨ ਹੈ। ਇਸ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਬੇਸ਼ੱਕ ਸਾਧ ਸੰਤ ਘਰ ਵਾਰ ਛੱਡ ਕੇ ਬਾਣੇ ਪਾ ਕੇ ਵੈਰਾਗੀ ਹੋਣ ਦਾ ਢੌਂਗ ਕਰਦੇ ਹਨ, ਪਰ ਇਹਨਾਂ ਦੀ ਅੱਖ ਵੀ ਬੇਗਾਨੀ ਮਾਇਆ ਅਤੇ ਕਾਇਆ ਤੋਂ ਪਰੇ ਨਹੀਂ ਹਟਦੀ। ਪੂਰੇ ਹਰੀਜਨ ਦਾ ਆਪਣੇ ਵਿਹੜੇ ਦੀ ਔਰਤ ਨਾਲ ਜੱਟਾਂ ਦਾ ਮਿਲਣਾ ਜੁਲਣਾ ਚੰਗਾ ਨਾ ਲੱਗਣ ਅਤੇ ਦੂਜੇ ਬੈਲੀ ਮੁਸ਼ਟੰਡਿਆਂ ਦੀ ਆਪਣੇ ਵਿਹੜੇ ਦੀ ਲੋਕਾਂ ਤੋਂ ਕੁਟਾਈ ਇਹ ਸਿੱਧ ਕਰਦੀ ਹੈ ਕਿ
ਜਾਤੀ ਚਾਹੇ ਛੋਟੀ ਹੋਵੇ ਚਾਹੇ ਵੱਡੀ, ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ। ਪਰ ਪਤਾ ਨਹੀਂ ਕਿਉਂ ਇਹ ਗੱਲ ਗੁਲਾਬੋ ਦੇ ਘਰ ਵਾਲੇ ਜੈਲੇ ਨੂੰ ਬੁਰੀ ਨਹੀਂ ਲੱਗਦੀ ਸੀ। ਲਾਵਾਂ ਫੇਰੇ ਲੈ ਕੇ ਵਿਆਹ ਕਰਾ ਕੇ ਜੈਲੇ ਨਾਲ ਆਈ ਗੁਲਾਬੋ ਬਿਨਾਂ ਫੇਰਿਆਂ ਤੋਂ ਅਰਜ਼ੀ ਨਵੀਸ ਅਤੇ ਨੰਬਰਦਾਰ ਦੀ ਮਦਦ ਨਾਲ ਜੂਪੇ ਫੌਜੀ ਨਾਲ ਕਰੇਵਾ ਕਰਾ ਕੇ ਹਰੀਜਨ ਤੋਂ ਜੱਟੀ ਬਣ ਗਈ। ਪਰ ਉਸਦੀ ਬਰਾਦਰੀ ਦੇ ਲੋਕ ਜਦੋਂ ਉਸਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਉਸਦੇ ਮਨ ਵਿੱਚ ਵੀ ਇੱਕ ਚੀਜ਼ ਪੈਂਦੀ ਰਹਿੰਦੀ ਹੈ। ਜੈਲਾ ਆਪਣਾ ਘਰ ਬਾਰ ਛੱਡ ਕੇ ਦੂਜੇ ਪਿੰਡਾਂ ਜ਼ਿਮੀਂਦਾਰਾਂ ਕੋਲ ਕੰਮ ਕਰਨ ਲੱਗਾ, ਪਰ ਮਨ ਵਿੱਚੋਂ ਗੁਲਾਬੋ ਨੂੰ ਦੁਬਾਰਾ ਪ੍ਰਾਪਤ ਕਰਨ ਦੀ ਇੱਛਾ ਲੈ ਕੇ ਜੂਪੇ ਫੌਜੀ ਦਾ ਪਿੱਛਾ ਕਰਦਾ ਰਿਹਾ। ਅਤੇ ਇੱਕ ਦਿਨ ਜੂਪਾ ਫੌਜੀ ਭਾਵੇਂ ਆਪਣੇ ਹੀ ਕੋਠੇ 'ਤੇ ਲੱਗੀ ਪੌੜੀ ਤੋਂ ਡਿੱਗਣ ਕਰਕੇ ਮਰਿਆ, ਪਰ ਵਿੱਚ ਜੈਲੇ ਦਾ ਨਾਮ ਵੀ ਪੈਂਦਾ ਰਿਹਾ। ਉੱਧਰ ਜਾਇਦਾਦ ਨੂੰ ਲੈ ਕੇ ਜੂਪੇ ਫੌਜੀ ਦੀ ਭੈਣ ਬੀਬੋ ਦਾ ਵੀ ਜ਼ਿਕਰ ਵਰਣਨਯੋਗ ਹੈ। ਇੱਧਰ ਡੇਰਿਆਂ ਦੀ ਦਸ਼ਾ ਅਤੇ ਸਾਧੂ ਪੁਰੀ ਦਾਸ ਅਤੇ ਅਤਰ ਦਾਸ ਦਾ ਵਰਣਨ ਕੀਤਾ ਗਿਆ ਹੈ ਕਿ ਕਿਵੇਂ ਸੰਸਾਰ ਨੂੰ ਤਿਆਗਣ ਪਿੱਛੋਂ ਵੀ ਉਹ ਆਪਣਾ ਕਾਰੋਬਾਰ ਵਧਾਉਂਦੇ ਬਣਾਉਂਦੇ, ਕਿਤੇ ਰੇਡੀਓ ਦਾ ਕੰਮ ਧੰਦਾ ਸ਼ੁਰੂ ਕਰਦੇ ਹਨ ਅਤੇ ਕਿਤੇ ਅਤਰ ਦਾਸ ਦਵਾ ਬੂਟੀ ਵੇਚ ਕੇ ਡਾਕਟਰੀ ਦਾ ਕੰਮ ਕਰਕੇ ਆਪਣਾ ਨਵਾਂ ਕੰਮ ਸ਼ੁਰੂ ਕਰ ਲੈਂਦਾ ਹੈ। ਬਾਗ ਵਿਚਲੇ ਬੂਟਿਆਂ ਦੀ ਸੰਭਾਲ ਕਰਦੇ ਅਤੇ ਸਬਜ਼ੀ ਭਾਜੀ ਵੇਚਣ ਦੇ ਬਾਵਜੂਦ ਵੀ ਜਦੋਂ ਉਸਨੂੰ ਅਤਰ ਦਾਸ ਦਾ ਪਿਓ ਜਿਉਣ ਸਿੰਘ ਅਤੇ ਸਰਪੰਚ ਬੇਲਾ ਆਖਦੇ ਹਨ ਤਾਂ ਸਾਧੂ ਪੁਰੀ ਦਾਸ 'ਤੇ ਤਾਂ ਉਹ ਚੀਸ ਵੱਟ ਕੇ ਰਹਿ ਜਾਂਦਾ ਹੈ ਜਦੋਂ ਅਤਰ ਦਾਸ ਦਾ ਪਿਓ ਉਸਨੂੰ ਬੇਲਾ ਕਹਿੰਦਾ ਹੈ। ਉਹਨਾਂ ਨੂੰ ਵੀ ਅੰਦਰੋਂ ਅੰਦਰੀ ਆਪਣੇ ਪਰਿਵਾਰ ਦੇ ਨਾ ਹੋਣ ਦਾ ਦੁੱਖ ਨਜ਼ਰ ਆਉਂਦਾ ਹੈ। ਦੂਜੀ ਕਿਸਮ ਦੇ ਸਾਧਾਂ ਵਿੱਚ ਪਿੰਡ ਵਿੱਚ ਉਗਰਾਹੀ ਕਰਨ ਆਏ ਸਾਧਾਂ ਦਾ ਜ਼ਿਕਰ ਹੈ ਜੋ ਕਿ ਪਰ ਨਾਰੀ ਵਿੱਚ ਮੋਹਿਤ ਹਨ। 40 ਕਾਂਡਾਂ ਵਿੱਚ ਸਮੇਟੇ ਇਸ ਨਾਵਲ ਵਿੱਚ ਨਾਵਲਕਾਰ ਨੇ ਉਸ ਵੇਲੇ ਦੇ ਖੂਹਾਂ, ਕੁਦਰਤੀ ਦ੍ਰਿਸ਼ਾਂ, ਕੰਮਾਂ ਕਾਰਾਂ, ਮੁਹਾਵਰਿਆਂ, ਅਖਾਣਾਂ, ਦਿਲਚਸਪ ਵਾਤਾਵਰਨ, ਢੁੱਕਵੇਂ ਦੇਸੀ ਮਹੀਨਿਆਂ ਅਤੇ ਦੇਸੀ ਭਾਸ਼ਾ ਦੇ ਨਾਲ ਸ਼ਿੰਗਾਰਿਆ ਹੈ। ਉਹ ਕਾਬਲੀ ਤਾਰੀਫ ਹੈ ਜਿੱਥੇ ਜੈਲੇ ਦੀ ਮਾਂ ਬਚਨੀ ਆਪਣੇ ਪੁੱਤਰ ਦੀ ਜ਼ਿੰਦਗੀ ਲਈ ਫਿਕਰਮੰਦ ਹੈ, ਉੱਥੇ ਗੁਲਾਬੋ ਆਪਣੀ ਜ਼ਿੰਦਗੀ ਪ੍ਰਤੀ ਸੰਜੀਦਾ ਦਿਖਾਈ ਨਹੀਂ ਦਿੰਦੀ। ਲੰਬੜਦਾਰ ਦੀ ਪਤਨੀ ਇਸਤਰੀ ਸੁਭਾਅ ਅਨੁਸਾਰ ਜਦੋਂ ਗੁਲਾਬੋ ਵੱਲ ਆਪਣੇ ਪਤੀ ਦਾ ਝੁਕਾਅ ਦੇਖਦੀ ਹੈ ਤਾਂ ਉਹ ਜੈਲੇ ਨੂੰ ਸੀਰ ਤੋੜ ਕੇ ਕਿਤੇ ਹੋਰ ਕੰਮ ਲੱਭਣ ਲਈ ਕਹਿ ਦਿੰਦੀ ਹੈ। ਚੋਟੀ ਦੀ ਸਿਖਰ 'ਤੇ ਪਹੁੰਚ ਜਾਂਦੀ ਹੈ ਅਤੇ ਨਾਵਲਕਾਰ ਖੁਦ ਹਾਜ਼ਰ ਹੋ ਕੇ ਗੁਲਾਬੋ ਦੀ ਜਵਾਨੀ ਨਾਵਲ ਦੀ ਕਹਾਣੀ ਨੂੰ ਬਿਆਨ ਕਰਨ ਵਿੱਚ ਪੂਰਾ ਸਫਲ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਦੇ ਲਿਖਣ ਦੇ ਕਲਾਤਮਕ ਢੰਗ ਨੂੰ ਨਾਵਲਕਾਰ ਘੁਮਾਉਣ ਦੀ ਇੱਕ ਉੱਚ ਦਰਜੇ ਦੀ ਕਲਾ ਵੀ ਆਖਿਆ ਜਾ ਸਕਦਾ ਹੈ। ਇਸ ਤਰ੍ਹਾਂ ਲਿਖਣ ਦੀ ਵਿਧੀ ਬਹੁਤ ਹੀ ਘੱਟ ਲੇਖਕਾਂ ਦੇ ਹਿੱਸੇ ਆਉਂਦੀ ਹੈ। ਇਸ ਕਲਾ ਦੀ ਵਡਿਆਈ ਪੰਜਾਬੀ ਦੇ ਉੱਘੇ ਮਹਾਨ ਨਾਵਲਕਾਰ ਸ਼੍ਰੀ ਓਮ ਪ੍ਰਕਾਸ਼ ਗਾਸੋ ਜੀ ਨੇ ਨਾਵਲ ਦੇ ਇਸ ਮੁੱਖ ਮੰਤ ਵਿੱਚ ਬਹੁਤ ਹੀ ਭਾਵਪੂਰਕ ਸ਼ਬਦਾਂ ਵਿੱਚ ਬਿਆਨ ਕੀਤੀ ਹੈ। ਅਖੀਰ ਵਿੱਚ ਜਿਉਂਦੇ ਜੀ ਗੰਗਾ ਫੁੱਲ ਨਾਵਲ
ਵਿੱਚ ਸ਼ਾਮਲ ਸਾਰੇ ਕਾਂਡਾਂ ਅਤੇ ਘਟਨਾਵਾਂ ਨੂੰ ਪੜ੍ਹ ਕੇ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਨਾਵਲ ਗੁਜ਼ਰ ਚੁੱਕੇ ਸਮੇਂ ਦੀਆਂ ਬੇਸ਼ਕੀਮਤੀ ਗੱਲਾਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠਾ ਹੈ। ਗੁਰਮੇਲ ਸਿੰਘ ਘੁਮਾਨ ਜੀ ਨੇ ਇਸ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਹੈ ਉਸ ਵਿੱਚ ਸਜੀਵਤਾ ਝਲਕਦੀ ਹੈ। ਕੁਝ ਸ਼ਾਬਦਿਕ ਗਲਤੀਆਂ ਦੇ ਬਾਵਜੂਦ ਵੀ ਵਿਸ਼ਾ ਵਸਤੂ, ਸ਼ੈਲੀ, ਵਾਤਾਵਰਣ, ਕਥਾ ਅਤੇ ਵਾਰਤਾਲਾਪ ਬਹੁਤ ਵਧੀਆ ਹੈ। ਮੈਂ ਨਾਵਲਕਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹੋਈ ਕਾਮਨਾ ਕਰਦੀ ਹਾਂ ਕਿ ਇਹ ਅੱਗੇ ਤੋਂ ਵੀ ਸਾਨੂੰ ਵਧੀਆ ਸਾਹਿਤ ਨਾਲ ਨਿਵਾਜਦੇ ਰਹਿਣ। ਅਤੇ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਇਸ ਨੂੰ ਪੰਜਾਬ ਦੇ ਪੇਂਡੂ ਵਿਰਸੇ ਦਾ ਦਸਤਾਵੇਜ਼ ਕਹਿ ਲਈਏ ਤਾਂ ਇਸ ਵਿੱਚ ਕੋਈ ਅਤੀਕਥਨੀ ਨਹੀਂ ਹੋਵੇਗੀ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਆਪਣੀ ਰਜਨੀਸ਼ ਕੌਰ ਬਬਲੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਨੇ ਬਹੁਤ ਕਾਫੀ ਪੜਚੋਲ ਕੀਤੀ ਆ ਇਸ ਨਾਵਲ ਦੀ। ਇਹ ਜਿਹੜਾ ਨਾਵਲ ਹੈ ਜੀ, ਇਹ ਜਾਤ ਪਾਤ ਨੂੰ, ਪੇਂਡੂ ਜਾਤ ਪਾਤ ਨੂੰ ਵੀ ਦਰਸਾਉਂਦਾ ਹੈ ਅਤੇ ਨਾਲ ਇਹੋ ਪੰਜਾਬੀ ਵਿਰਸੇ ਦਾ ਬਿਲਕੁਲ ਬਹੁਤ ਕਾਫੀ ਕੁਛ ਪੰਜਾਬੀ ਵਿਰਸਾ, ਪੇਂਡੂ ਵਿਰਸੇ ਬਾਰੇ ਵੀ ਦਰਸਾਉਂਦਾ ਜੀ। ਤਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਹੋਵੇ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਨਾ ਜੀ ਆਪਣੇ ਦੋਸਤਾਂ ਮਿੱਤਰਾਂ ਨਾਲ, ਅਤੇ ਨਾਲੇ ਕਮੈਂਟ ਵੀ ਦੇਣਾ ਜੀ। ਤਾਂ ਜੇ ਤੁਹਾਨੂੰ ਤੁਸੀਂ ਪੰਜਾਬੀ ਵਿਰਸਾ ਚੈਨਲ ਸਬਸਕ੍ਰਾਈਬ ਨਹੀਂ ਕੀਤੀ ਤਾਂ ਮਿਹਰਬਾਨੀ ਕਰ ਸਬਸਕ੍ਰਾਈਬ ਵੀ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਡੀਓ ਵੇਖਣ ਦਾ।